ਮੂਕ ਉਚਰ ਸ਼ਾਸਤਰ ਘੱਟ ਟਿੰਗ ਗਿਰਨ ਚੜ ਜਾ ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਇ ਕਹਾਂ ਪੁੱਛ ਪ੍ਰਭੁ ਬੁੱਧ ਹਮਾਰੀ ਬਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਪਿਤਾ ਜਨਮ ਜਨਮ ਪੂਤ ਨ ਪਾਵੈ ਕਹਾਂ ਤਵਨ ਕਾ ਭੇਦ ਬਤਾਵੈ ਮਹਿਮਾ ਤੋਰ ਤੁਮੈ ਬਨ ਆਈ ਔਰਨ ਤੇ ਨਹਿ ਜਾਤ ਬਤਾਈ ਤੁਮਰੀ ਕਿਰਿਆ ਕਹਾਂ ਕੋ ਕਹੈ ਸਮਝਤ ਬਾਤ ਉਰਜ ਮਾਤ ਰਹੈ ਸ਼ੇਸ ਨਾਗ ਸਿਰ ਸਹਿਸ ਬਨਾਈ ਦੁਆ ਸਹੰਸ ਰਸ ਨਾਹ ਸੁਹਾਈ ਰਬ ਤੇ ਆਪ ਲੱਗੇ ਨਾਮ ਅਪਾਰ ਤੁਮਰ ਤੋ ਨ ਪਾਵਤ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਤਿ ਸੰਗਤ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਉਹਨਾਂ ਸ਼ਖਸੀਅਤਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਜਿਹੜੇ ਬਾਣੀ ਦੇ ਨਾਲ ਓਤਪੋਤ ਸਨ, ਜਿਨ੍ਹਾਂ ਦਾ ਜੀਵਨ ਸੀ ਗੁਰੂ ਕੀ ਬਾਣੀ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਜਿਨ੍ਹਾਂ ਦਾ ਇਹ ਜੀਵਨ ਸੀ ਆਖਾਂ ਜੀਵਾਂ ਵਿਸਰੈ ਪਰ ਜਾਓ। ਇਹ ਜਿਹੜਾ ਮਹੀਨਾ ਚੱਲ ਰਿਹਾ ਭਾਦਰੋਂ ਦਾ, ਇਹ ਇਸ ਚੀਜ਼ ਦੇ ਨਾਲ ਵੀ ਰਿਲੇਟਡ ਹੈ। ਭਾਦਰੋਂ ਸੁਰੀ ਏਕਮ ਵਾਲੇ ਦਿਨ 1661 ਬਿਕਰਮੀ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ
ਭਾਈ ਗੁੰਡਾ ਖੋਲੋ ਗ੍ਰੰਥ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਲੇਹੋ ਆਵਾਜ਼ ਸੁਣੈ ਸਾ ਪੰਥ, ਆਵਾਜ਼ਾਂ ਲਓ, ਹੁਕਮਨਾਮਾ ਲਓ ਕਿ ਜਿਹੜਾ ਸਾਰਾ ਪੰਥ ਇਕੱਤਰ ਹੋਇਆ, ਜੋ ਸੰਗਤ ਇਕੱਤਰ ਹੋਈ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸੁਣੇ। ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸ੍ਰੀ ਗੁਰਦੁਆਰ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਦੇ ਸਮੇਂ ਪੜ੍ਹਿਆ, ਗੁਰੂ ਕੀ ਸੰਗਤ ਨੇ ਸੁਣਿਆ। ਸੋ ਉੱਥੇ ਸੰਤ ਪਾਦ ਆਇਆ ਹੈ ਕਿ ਜਿਹੜੇ ਸੰਤ ਨੇ ਰੱਬ ਦੇ ਪਿਆਰੇ ਮਹਾਂਪੁਰਸ਼, ਉਹਨਾਂ ਦੇ ਕਾਰਜ ਵਾਹਿਗੁਰੂ ਆਪ ਕਰਦਾ ਹੈ। ਪ੍ਰਭ ਜੇ ਵਸੈ ਸਾਧ ਕੀ ਰਸਨਾ, ਪਰਮੇਸ਼ਰ ਦਾ ਨਿਵਾਸ ਹੁੰਦਾ ਸਾਧੂ ਦੀ ਰਸਨਾ ਤੇ। ਜੋ ਜੋ ਕਹਿਤਾ ਸਾਧ ਜਨ ਸੂ ਨੇਤਾ ਮਾਨ, ਇਸੇ ਲਈ ਸਾਧੂ ਦਾ ਵਾਕ ਸੱਤ ਹੁੰਦਾ ਹੈ। ਸਾਧੂ ਦੀ ਰਚਨਾ ਤੋਂ, ਮਹਾਂਪੁਰਸ਼ ਦੀ ਰਚਨਾ ਤੋਂ ਜਿਹੜਾ ਵਚਨ ਨਿਕਲਦਾ ਹੈ ਉਹ ਸੱਤ ਹੋ ਜਾਂਦਾ ਹੈ। ਫਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਵਚਨ ਅਟਲਾਦਾ। ਹਜ਼ੂਰ ਕਹਿੰਦੇ ਨੇ ਪਹਾੜ ਤਾਂ ਨਾਸ ਹੋ ਸਕਦੇ ਹੈ, ਅਚਲ ਚੀਜ਼ਾਂ ਚਲਾਏਮਾਨ ਹੋ ਸਕਦੀਆਂ ਨੇ, ਧਰਤੀ ਨਾਸ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਜੇ ਨਹੀਂ ਹੋ ਸਕਦਾ ਤਾਂ ਉਹ ਇਹ ਹੈ ਕਿ ਸਾਧੂ ਦਾ ਕਹਿਆ ਹੋਇਆ ਵਾਕ ਚਲਾਏਮਾਨ ਨਹੀਂ ਹੁੰਦਾ। ਪਰ ਹੋਵੇ ਕੋਈ ਸਾਧੂ, ਉਹ ਸਾਧੂ ਹੋਵੇ ਜਿਹਦਾ ਜੀਵਨ ਬਾਣੀ ਬਿਆਨ ਕੀਤਾ ਹੈ, ਜਿਸ ਦੀ ਜ਼ਿੰਦਗੀ ਹੋਵੇ ਗੁਰਬਾਣੀ। ਬਾਣੀ ਨਾਲ ਹੀ ਸਾਧ ਬਣਦਾ ਹੈ, ਜਿਹੜਾ ਬਾਣੀ ਨਹੀਂ ਪੜ੍ਹਦਾ, ਜਿਹੜਾ ਆਪ 9 ਵਜੇ ਉੱਠਦਾ ਹੈ, ਉਹ ਸਾਧੂ ਕਿੱਦਾਂ ਬਣ ਜਾਏਗਾ। ਰਾਤ ਦੀ ਕਥਾ ਚ ਆਪ ਜੀ ਨੇ ਸੁਣਿਆ ਸੀ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਐਵੇਂ ਦੁਨੀਆ ਯਾਦ ਨਹੀਂ ਕਰਦੇ ਹੈ। ਰਾਤ ਦੇ 1 ਵਜੇ ਉੱਠਦੇ ਸੀ, ਇੱਕ ਪਹਿਰ ਦਾ ਸਮਾਂ 3 ਘੰਟੇ ਬਣਦਾ ਹੈ, 3 ਘੰਟੇ ਜਾਪ ਕਰਦੇ ਸੀ, ਪਹਿਲਾਂ ਤਿਆਰੀ ਕਰਦੇ ਸੀ ਜਾਪ ਕਰਕੇ, ਫਿਰ ਕਿਵਾੜ ਖੋਲਦੇ ਸਨ, ਫਿਰ ਇਸ਼ਨਾਨ ਕਰਾਉਂਦੇ ਸੀ ਥੜਾ ਸਾਹਿਬ ਦਾ। ਜਦੋਂ ਵਿਦਿਆਰਥੀ ਸੀ ਧਾਰਨਾ ਕਰਨੀ ਪੈਂਦੀ ਹੈ ਨਾ। ਅੱਜ ਸਾਡੇ ਬਹੁਤਿਆਂ ਦਾ ਖਿਆਲ ਹੁੰਦਾ ਹੈ ਕਿ ਬਸ ਥਾਪੜੇ ਨਾਲ ਹੀ ਸਾਜਾ ਹੈ, ਅਸੀਂ ਨਕਲੀ ਸਿੱਖ ਤੇ ਨਕਲੀ ਸਾਧਾ ਦੇ ਟੇਡੇ ਚੜ ਜਾਂਦੇ ਹਾਂ। ਥਾਪੜੇ ਦੇਣ ਲੱਗੇ ਉਹ ਮਿੰਟ ਨੀ ਲਾਉਂਦੇ, ਥਾਪੜਾ ਲੈਣ ਲੱਗੇ ਅਸੀਂ ਝੱਟ ਲੱਗ ਨੀ ਕਰਦੇ, ਬਣਦਾ ਕੱਖ ਨੀ ਨਾ ਸਾਧ ਨਾਲ ਚੇਲੇ ਦਾ। ਸੋ ਕਮਾਈ ਹੋਵੇ ਪੱਲੇ, ਜਿਹੜਾ ਰਾਤ 1 ਵਜੇ ਉੱਠਦਾ ਹੈ ਜਾਪ ਕਰਦਾ ਹੈ, ਔਰ ਫਿਰ ਕਿਵਾੜ ਖੋਲਣੇ, ਫਿਰ ਥੜਾ ਸਾਹਿਬ ਦਾ ਇਸ਼ਨਾਨ ਆਪ ਕਰਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਨਿਤਨੇਮ ਕਰਨਾ, ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਆਸਾ ਦੀ ਵਾਰ ਦੇ ਕੀਰਤਨ ਦੀ ਸਾਰੀ ਤਿਆਰੀ ਆਪ ਕਰਾਉਣੀ। ਰੱਬ ਦੇ ਪਿਆਰੇ ਮਸ਼ਕਤ ਨਾਲ ਮਿਹਨਤ ਕਰਕੇ ਗੁਰੂ ਕੀ ਬਖਸ਼ ਨਾਲ ਖਾਲਸਾ ਜੀ ਸਾਧ ਪਦਵੀ ਪ੍ਰਾਪਤ ਕਰਦੇ ਹੈ। ਸਾਧੂ ਦਾ ਲਿਬਾਸ ਤਾਂ ਹਰੇਕ ਹੀ ਪਾ ਲੈਂਦਾ, ਵੈਸੇ ਮਹਾਂਪੁਰਖ ਦਾ ਕੋਈ ਖਾਸ ਲਿਬਾਸ ਨਹੀਂ ਹੁੰਦਾ, ਮਹਾਂਪੁਰਖ ਦਾ ਕਿਸੇ ਵੀ ਲਿਬਾਸ ਵਿੱਚ ਹੋ ਸਕਦਾ, ਮਹਾਂਪੁਰਖ ਕਿਸੇ ਵੀ ਜਾਤੀ ਵਿੱਚ ਹੋ ਸਕਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਅਰਦਾਸ ਜੀ ਦੇ ਸੰਬੰਧ ਵਿੱਚ ਲਿਖਿਆ ਹੈ ਕਿ ਭਗਤ ਅਰਦਾਸ ਜੀ ਇਸ ਤਰ੍ਹਾਂ ਹਨ ਗਰੀਬੀ ਲਿਬਾਸ ਵਿੱਚ, ਔਰ ਗਰੀਬੀ ਦਾ ਉਹ ਬਿਜ਼ਨਸ ਕਰਦੇ ਹਨ ਜੋੜੇ ਕੰਮਣ ਦਾ, ਉਹਦੇ ਵਿੱਚ ਉਹ ਏਦਾਂ ਤੁਸੀਂ ਸਮਝੋ ਜਿਉਂ ਕਰ ਲੈਲੇ ਚਿੱਥੜੇ ਹੀਰਾ ਲਾਲ ਅਮੋਲ ਸਮੇਟਾ। ਜਿਵੇਂ ਪਿਆਰੇ ਕੋਈ ਅਮੋਲਕ ਹੀਰਾ ਕਿਸੇ ਨੈਲੇ ਜੇ ਚਿੱਥੜੇ ਵਿੱਚ ਲਪੇਟ ਦਈਏ, ਵੱਖਰੀ ਗੱਲ ਹੈ ਕਿ ਵੇਖਣ ਵਾਲੇ ਨੂੰ ਤਾਂ ਭੁਲੇਖਾ ਪੈ ਜਾਏਗਾ, ਪਰ ਖਾਲਸਾ ਜੀ ਹੀਰੇ ਦੀ ਕੀਮਤ ਨਹੀਂ ਘੱਟਦੀ, ਹੀਰਾ ਤੇ ਹੀਰੇ ਨਹੀਂ ਤਾਂ
ਬਹੁਤੀਆਂ ਕਾਰਾਂ ਅੱਗੇ ਪਿੱਛੇ ਹੋਣ, ਅੱਗੇ ਕਾਰ ਪਿੱਛੇ ਕਾਰ ਤੇ ਬਾਬਾ ਜੀ ਦੀ ਜੈ ਜੈਕਾਰ, ਤੇ ਫਿਰ ਕਿਹੜਾ ਉਹ ਬਾਬਾ ਸੰਤ ਬਣ ਜਾਏਗਾ। ਬਹੁਤੀਆਂ ਕਾਰਾਂ ਅੱਗੇ ਪਿੱਛੇ ਹੋਣ, ਬਹੁਤ ਜ਼ਿਆਦਾ ਖਲਾਰਾ ਹੋਵੇ, ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਕਿਸੇ ਨੂੰ ਸਾਧ ਨਹੀਂ ਬਣਾ ਸਕਦੀਆਂ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕਹਿ ਏਕ ਹੈ ਕਾਮ। ਤੇ ਕਿਸੇ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਜੀ ਭੁਲੇਖਾ ਬੜਾ ਪੈਂਦਾ, ਸਾਧੂਆਂ ਦੇ ਲਿਬਾਸ ਵਿੱਚ ਬਹੁਤ ਦੁਨੀਆਂ ਫਿਰਦੀ ਹੈ, ਵੇਖਣ ਨੂੰ ਤਾਂ ਸਾਰੇ ਸਾਧ ਹੀ ਲੱਗਦੇ ਆ। ਇਹ ਅੱਜ ਕੋਈ ਨਵੀਂ ਗੱਲ ਨਹੀਂ ਖਾਲਸਾ ਜੀ। ਜਦ ਭੱਟ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਸੀ ਨਾ, ਉਹਨਾਂ ਨੇ ਵੀ ਕਿਹਾ ਸੀ ਕਿ ਰਹੋ ਸੰਤ ਹੋ ਟੋਲ, ਸਾਧ ਉਹ ਤੇਰੇ ਜਿੱਥੇ ਹੋ ਤੇਰੇ ਦਾ ਆਪਣਾ ਬਹੁਤ ਜ਼ਿਆਦਾ ਹੱਥ ਕੋਈ ਨੀ ਬਦਲ ਦੇ ਵੱਢ ਤੁਰੇ ਫਿਰਦੇ ਸੀ। ਵਾਹ ਫਿਰ ਵਿਦਿਆ ਨਾ ਸਮਝਿਓ, ਇਹ ਤੇ ਗੁਰੂ ਕੀ ਬਾਣੀ ਦਾ ਅਰਥ ਹੈ ਕਿ ਰਹੋ ਸਾਧ ਹੋ ਟੋਲ, ਸਾਧ ਬਹੁਤ ਤੇਰੇ ਬਿਠੇ। ਕਹਿੰਦੇ ਸੰਨਿਆਸੀ ਤਪਸੀਆ ਮੁਖੋਂ ਇਹ ਪੰਡਿਤ ਬਿਠੇ, ਬਸ ਇਹ ਕਹੋ ਫਿਰਿਓ ਕਿਲੇ ਨਾਲ ਪਰਚੋ ਲਾਇਓ, ਕਹਿਤੇ ਆਏ ਕਹਿਤੇ ਸੁਣੀ ਰਹਿ ਤੇ ਕੋਈ ਖੁਸ਼ੀ ਨਾ ਆਇਓ। ਗੱਲਾਂ ਤੇ ਬੜੀਆਂ ਕਰਦੇ ਸੀ, ਬੜੇ ਵਿਸਥਾਰ ਵਾਲੀਆਂ ਵਿਦਵਤਾ ਵਾਲੀਆਂ, ਪਰ ਜਦ ਇਹਨਾਂ ਦੀ ਰਹਿਤ ਵੇਖੀ, ਰਹਿਣੀ ਵੇਖੀ, ਪੱਲੇ ਕਿਸੇ ਦੇ ਕੱਖ ਨਹੀਂ ਸੀ। ਸਾਧ ਗੱਲਾਂ ਨਾਲ ਨਹੀਂ ਬਣਿਆ ਜਾ ਸਕਦਾ, ਸਾਧ ਬੁੱਧੀ ਵਿਦਿਆ ਪੜ੍ਹ ਕੇ ਨਹੀਂ ਬਣਿਆ ਜਾ ਸਕਦਾ। ਭਾਈ ਗੁਰਦਾਸ ਸਾਹਿਬ ਕਿਵੇਂ ਪਤਾ ਲੱਗਦਾ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਮਿੱਤਰੋ ਤੁਹਾਨੂੰ ਪਤਾ ਹੈ ਕਿ ਜਿਹੜੀ ਕੋਇਲ ਹੈ ਉਹਦਾ ਵੀ ਰੰਗ ਕਾਲਾ ਹੁੰਦਾ ਹੈ, ਕਾਂ ਦਾ ਵੀ ਰੰਗ ਕਾਲਾ ਹੈ, ਪਰ ਕੋਇਲ ਕਾਂ ਨਹੀਂ ਹੋ ਸਕਦੀ, ਕਾਂ ਕੋਇਲ ਨਹੀਂ ਹੋ ਸਕਦਾ। ਵੇਖਣ ਵਾਲੇ ਦੀ ਭੁੱਲ ਜ਼ਰੂਰ ਹੋ ਸਕਦੀ ਹੈ, ਵੇਖਣ ਵਾਲਾ ਭੁਲੇਖਾ ਖਾ ਸਕਦਾ। ਜਿਸ ਬੰਦੇ ਨੇ ਕਦੀ ਕੋਇਲ ਨੂੰ ਨਹੀਂ ਵੇਖਿਆ, ਕੋਇਲ ਦੀ ਆਵਾਜ਼ ਨੂੰ ਨਹੀਂ ਸੁਣਿਆ ਹੈ, ਉਹਦੇ ਮਿਠਾਸ ਨੂੰ ਨਹੀਂ ਸੁਣਿਆ, ਉਹ ਜੀਵੇ ਕਾਂ ਨੂੰ ਕੋਇਲ ਸਮਝ ਕੇ ਪੂਜੀ ਜਾਏ ਕਿ ਬੜਾ ਸੋਹਣਾ ਕਾਲਾ ਜਿਹਾ ਵਧੀਆ ਲੱਗਦਾ। ਸੋ ਇਹਨਾਂ ਦੀ ਭਿੰਨਤਾ, ਇਹਨਾਂ ਦਾ ਆਪਸੀ ਡਿਫਰੈਂਸ ਕੀ ਹੈ, ਕਿਵੇਂ ਪਤਾ ਲੱਗਦਾ? ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਕੌਆ ਕੋਕਿਲ, ਸਮਝਾਉਣਾ ਇਹ ਹੈ ਕਿ ਸਾਧ ਤੇ ਅਸਾਧ ਹੁੰਦੇ ਖੁੱਲੀ ਹੈ, ਲਿਬਾਸ ਉਹਨਾਂ ਵੀ ਪਾਇਆ ਹੁੰਦਾ, ਬਾਣਾ ਪਾਇਆ ਹੁੰਦਾ, ਉਹਨਾਂ ਦੀ ਦੇਹ ਸਗੋਂ ਜ਼ਿਆਦਾ ਵਧੀਆ ਹੁੰਦੀ ਜਿਹੜੇ ਅਸਾਧ ਹੁੰਦੇ ਆ, ਪਰ ਫਿਰ ਵੀ ਅੰਤਰ ਹੁੰਦਾ ਹੈ। ਜਿਹੜੇ ਪਾਰਥੂ ਹੁੰਦੇ ਨੇ ਉਹ ਸਮਝ ਲਏ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਪਰ ਕਿਵੇਂ? ਕਹਿੰਦੇ ਜੈਸੇ ਕਊਆ ਕੋਕਿਲ, ਦੋਨੋਂ ਖੱਕ ਸਿਆਮ ਤਨ, ਜਾਣੀ ਹੈ ਅਸ਼ੁਭ ਸ਼ੁਭ ਬਚਨ ਸੋ ਭਾਖੀ ਹੈ। ਜਦ ਕਿਸੇ ਦੇ ਕੋਠੇ ਦੇ ਬਨੇਰੇ ਦੇ ਆ ਕੇ ਕਾਂ ਬਹਿ ਜਾਏ ਤਾਂ ਲੋਕੀ ਬਣਾਉਂਦੇ ਨੇ ਸੂਰਾ ਉੱਡ ਜਾ, ਲੋਕੀ ਢੀਮਾ ਮਾਰਦੇ ਕਾਂ, ਕਾਂ ਪਾਪੀ ਹੁੰਦਾ ਨਾ, ਕਾਂ ਜੀ ਘਾਤ ਕਰਦਾ ਹੈ, ਜੀਵਾਂ ਨੂੰ ਮਾਰਦਾ ਹੈ, ਦੁਖੀ ਕਰਦਾ ਹੈ। ਜੇ ਕਿਸੇ ਨੂੰ ਕੋਈ ਜੰਗ ਹੋ ਜਾਏ ਉਹਨੂੰ ਸਤਾਉਂਦਾ ਬਹੁਤ ਜ਼ਿਆਦਾ, ਦੁਖੀ ਕਰਦਾ ਹੈ। ਕਾਂ ਨੂੰ ਲੋਕ ਪਸੰਦ ਨਹੀਂ ਕਰਦੇ, ਤੇ ਜਿਸ ਵੇਲੇ ਕੋਇਲ ਬੋਲਦੀ ਆ, ਕਹਿੰਦੇ ਨੇ ਬਾਗ ਵਿੱਚੋਂ, ਅੰਬਾਂ ਦੇ ਬਾਗ ਵਿੱਚੋਂ ਸਭ ਤੋਂ ਖੱਟੀ ਅੰਬੀ ਜਿਹੜੀ ਹੈ ਨਾ ਕੋਇਲ ਖਾਂਦੀ ਹੈ। ਆਪੋ ਆਪਣਾ ਜੁਸਾ ਹੁੰਦਾ ਹੈ, ਵੈਸੇ ਰਾਗੀ ਜਾਂ ਢਾਡੀ ਕਬੀਰ ਸਿੰਘ ਗੁਰੂ ਕੇ ਪਿਆਰੇ ਅਚਾਰ ਨਹੀਂ ਖਾਂਦੇ ਕਿ ਗਲਾ ਖਰਾਬ ਹੋ ਜਾਂਦਾ, ਪਰ ਕਈਆਂ ਨੂੰ ਅਚਾਰ ਜਾਂ ਖੱਟੀ ਦੀ ਰਾਸ ਆਉਂਦੇ ਆ, ਫਿਰ ਵੀ ਆਵਾਜ਼ ਵਧੀਆ ਆ ਰਹੀ ਹੈ। ਕੋਇਲ ਸਭ ਤੋਂ ਖੱਟੀ ਅੰਬੀ ਖਾਂਦੀ ਹੈ, ਪਰ ਕੋਇਲ ਦਾ ਖਿਤਾਬ ਕਿਸੇ ਕਿਸੇ ਨੂੰ ਮਿਲਦਾ ਨਾ, ਭਾਈ ਨਿਰਮਲ ਸਿੰਘ ਚੋਲਾ ਸਾਹਿਬ ਸ਼ਹੀਦ ਸਿੰਘ, ਉਹਨਾਂ ਨੂੰ ਕੌਮ ਨੇ ਖਿਤਾਬ ਦਿੱਤਾ ਸੀ ਕਿ ਇਹ ਭਾਈ ਕੋਇਲ ਹੈ, ਪੰਜਾਬ ਦੀ ਕੋਇਲ। ਤੇ ਕੋਈ ਬੰਦਾ ਅੱਜ ਵੀ ਨਿਰਮਲ ਸਿੰਘ ਚੋਲਾ ਸਾਹਿਬ ਨੂੰ ਰੀਪਲੇਸ ਨਹੀਂ ਕਰ ਸਕਿਆ, ਇੰਨੀ ਮਿੱਠੀ ਆਵਾਜ਼, ਇੰਨੀ ਉੱਚੀ ਆਵਾਜ਼ ਦਾ ਧਨੀ ਸੀ, ਔਰ ਉੱਚੇ ਸਿੱਧੇ ਜੀਵਨ ਵਾਲਾ ਸੀ। ਜਿਹੜੀ ਕੋਇਲ ਹੈ ਜਦੋਂ ਆਵਾਜ਼ ਦਿੰਦੇ ਆ ਖਾਲਸਾ ਜੀ, ਉਹਦੀ ਆਵਾਜ਼ ਸੁਣ ਕੇ ਦੇ ਨਾਲ ਬੱਚੇ ਵੀ ਬੋਲਣ ਲੱਗ ਪੈਂਦੇ ਆ ਕਿ ਤੂੰ ਹੋ ਤੂੰ ਹੋ, ਇੱਦਾਂ ਬੋਲਣ ਲੱਗ ਪੈਂਦੇ ਆ। ਕੋਇਲ ਦੀ ਆਵਾਜ਼ ਸਭ ਨੂੰ ਪਿਆਰੀ ਲੱਗਦੀ, ਮਨਮੋਹਣੀ ਨਹੀਂ ਲੱਗਦੀ ਹੈ, ਪਰ ਕਾਂ ਦੀ ਨਹੀਂ ਲੱਗਦੀ। ਇੰਨਾ ਫਰਕ ਹੈ ਸਾਧ ਵਿੱਚ ਤੇ ਅਸਾਧ ਵਿੱਚ, ਦਿਖਾਵੇ ਦੇ ਸੰਤ ਵਿੱਚ ਤੇ ਅਸਲੀ ਸੰਤ ਵਿੱਚ। ਜਿਸ ਵੇਲੇ ਅਸਲੀ ਸੰਤ ਬੋਲਦਾ ਹੈ ਨਾ, ਤੇ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਆ, ਬੜੀਆਂ ਬੜੀਆਂ ਵੱਡੀਆਂ ਸਰਕਾਰਾਂ ਸਾਵਧਾਨ ਹੋ ਜਾਂਦੀਆਂ ਨੇ, ਸੁਚੇਤ ਹੋ ਜਾਂਦੀਆਂ ਨੇ। ਬੋਲਿਆ ਸੀ ਕਦੇ ਕੋਈ ਸੰਤ ਦਿੱਲੀ ਦੀ ਧਰਤੀ ਤੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ,
ਤੇ ਉਹ ਸੇਜ ਤੇ ਕਾਂ ਵੀ ਬੋਲੇ ਸੀ, ਸੇਜ ਤੇ ਕਾਂ ਵੀ ਬੋਲੇ ਸੀ। ਜਿਹਦੇ ਇੰਦਰਾ ਗਾਂਧੀ ਆਈ, ਉਹਨੇ ਆ ਕੇ ਮੱਥਾ ਟੇਕਿਆ ਨਾ ਦਰਬਾਰ ਚ, ਜਿਹੜੇ ਕਮੇਟੀ ਵਾਲੇ ਸੀਗਾ ਇਹ ਸਾਵਧਾਨ ਹੋ ਗਏ, ਕਮਾਲ ਹੋ ਗਈ ਕਿ ਸਾਡੇ ਰਚੇ ਹੋਏ ਪ੍ਰੋਗਰਾਮ ਵਿੱਚ ਖੁਦ ਦੇਸ਼ ਦੀ ਪ੍ਰਧਾਨ ਮੰਤਰੀ ਆ ਗਈ। ਅੱਜ ਇਹ ਹੁੰਦਾ ਨਾ, ਅਸੀਂ ਕਈ ਵਾਰ ਐਸਿਆਂ ਲੋਕਾਂ ਨੂੰ ਕਿਰਪਾਨ ਭੇਟਾ ਕਰ ਰਹੇ ਹੁੰਦੇ ਹਾਂ ਜਿਨ੍ਹਾਂ ਨੂੰ ਕਿਰਪਾਨ ਦੇ ਮਹਿਣੇ ਦਾ ਕੋਈ ਪਤਾ ਨਹੀਂ ਹੁੰਦਾ ਕਿ ਸ੍ਰੀ ਸਾਹਿਬ ਕੀ ਆ। ਕਈ ਵਾਰ ਅਸੀਂ ਵੱਡਿਆਂ ਨੂੰ ਸਤਿਕਾਰ ਦਿੰਦੇ ਹਾਂ, ਉਹਦੇ ਪਿੱਛੇ ਸਾਡੀਆਂ ਲੋੜਾਂ ਛੁੱਟੀਆਂ ਹੁੰਦੀਆਂ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਖਾਲਸਾ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦੇ ਆ ਨਾ, ਉਹ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਰਾ ਕੁਝ ਮੰਗਦੇ ਆ। ਸੋ ਮਹਾਂਪੁਰਸ਼ਾਂ ਨੂੰ ਪਤਾ ਲੱਗਾ ਕਿ ਸਾਡੇ ਨਾਮ ਤੇ ਕੋਈ ਅਗਰਾਹੀ ਕਰਦਾ ਹੈ, ਅਗਰਾਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ, ਜਿਹੜਾ ਦਾਸ ਮਦਦ ਕਰਨ ਜਾ ਰਿਹਾ ਸੀ, ਖਿਆਲ ਰੱਖਿਓ ਉਹ ਜ਼ਰੂਰ ਕਰੇਗਾ। ਸੋ ਗੱਲ ਆ ਗਈ ਕਿ ਵੱਡੇ ਆਦਮੀਆਂ ਨੂੰ ਪਹਿਲ ਨਾ ਦੇਣੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਛੱਡ ਕੇ। ਪਤਾ ਲੱਗਾ ਕਿ ਸਾਡੇ ਨਾਮ ਤੇ ਕੋਈ ਅਗਰਾਹੀ ਕਰਦਾ ਹੈ, ਮਹਾਂਪੁਰਸ਼ਾਂ ਨੇ ਬਚਨ ਕੀਤਾ, ਬਿਲਕੁਲ ਨਹੀਂ, ਜਿਹੜਾ ਬੰਦਾ ਸਾਡੇ ਨਾਮ ਦੀ ਅਗਰਾਹੀ ਕਰਦਾ ਉਹ ਅਗਰਾਹੀ ਨਾ ਦਿਓ। ਅਸੀਂ ਕਲਗੀ ਧਰਦਾ ਦਿੱਤਾ ਖਾਂਦੇ ਹਾਂ, ਕਲਗੀ ਧਰਦਾ ਤੇ ਸਾਨੂੰ ਕਲਗੀ ਧਾਰੀ ਹੁੰਦਾ ਹੈ, ਅਸੀਂ ਕਲਗੀ ਧਰਦਾ ਦਿੱਤਾ ਖਾਂਦੇ ਹਾਂ। ਸੋ ਇਹਦਾ ਵਿਸ਼ਵਾਸ ਹੈ ਕਿ ਜਿਹੜੇ ਲੜ ਲੱਗੇ ਉਹ ਸਾਰੇ ਕਾਰਜ ਕਰੇਗਾ, ਕਿਸੇ ਵੱਡੇ ਆਦਮੀ ਦੀ ਚਾਪਲੂਸੀ ਕਰਨ ਦੀ ਜ਼ਰੂਰਤ ਨਹੀਂ ਹੈ। ਤੇ ਖਾਲਸਾ ਜੀ ਜਦੋਂ ਇੰਦਰਾ ਗਾਂਧੀ ਆਈ ਨਾ ਦਰਬਾਰ ਚ, ਕਹਿੰਦੇ ਸੈਕਟਰੀ ਖੜਾ ਹੋ ਕੇ ਬੋਲਿਆ ਸੀ ਕਿ ਇਹਨਾਂ ਨੇ ਬੜੀ ਕਿਰਪਾ ਕੀਤੀ ਹੈ, ਚਾਰ ਚਾਰ ਚੰਨ ਲੱਗ ਕੇ ਕਾਂ ਬੋਲੇ ਸਟੇਜ ਤੋਂ, ਚਾਰ ਚੰਨ ਲੱਗ ਗਏ ਨੇ। ਸੋ ਇਹਨਾਂ ਨੇ ਆਪਣਾ ਵੱਡਾ ਮੁੰਡਾ ਗਿਆ ਪੰਜਾਬ ਚ, ਇਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਨੇ ਜਿਵੇਂ ਰਿਸ਼ਤਾ ਕਾਇਮ ਕੀਤਾ, ਛੋਟਾ ਵੀ ਉੱਥੇ ਵਿਆਹ ਰਾਜੀਵ ਗਾਂਧੀ, ਔਰ ਸਟੇਜ ਤੋਂ ਖਲੋ ਕੇ ਲੋਕਾਂ ਨੇ ਇੰਦਰਾ ਦਾ ਸਤਿਕਾਰ ਕੀਤਾ। ਪਰ ਖਾਲਸਾ ਜੀ ਇਸ ਵੇਲੇ ਵਾਰੀ ਆਈ ਨਾ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਦੀ, ਜਦੋਂ ਸਿੰਘ ਗਰਜ ਬੁਕਿਆ ਸਿੰਘ ਉਜਾੜ ਵਿੱਚ, ਉਸ ਵੇਲੇ ਸ਼ੇਰ ਵਾਂਗ ਕਰਦੇ ਸਨ, ਆਵਾਜ਼ ਤੋਂ ਪਤਾ ਲੱਗਾ ਸੀ ਕਿ ਇਹ ਸੰਤ ਹੈ ਜਿਹੜਾ ਮੌਤ ਤੋਂ ਨਹੀਂ ਡਰਦਾ, ਜਿਹੜਾ ਬੇਪਰਵਾਹ ਸਦਾ ਰੰਗ ਹਰਕ ਹੈ, ਜਾਂ ਕੋ ਪਾਕ ਸਵਾਮੀ ਕਿਰਪਾ ਹੈ ਪਰਮੇਸ਼ਰ ਦੀ। ਸੋ ਉਸ ਵੇਲੇ ਕਿਹਾ ਸੀ ਸਿੰਘੋ, ਇਹ ਰਾਜੇ ਰਜਵਾੜੇ ਲੋਕ ਹਿੰਦੂ ਲੋਕ ਆਪਣੀਆਂ ਲੜਕੀਆਂ ਦੇ ਕੇ ਤੇ ਰਾਜ ਕਰਿਆ ਕਰਦੇ ਸੀ, ਅੱਜ ਇਹਨਾਂ ਵਰਗੇ ਹੋ ਗਏ। ਉਹ ਗੁਰੂ ਕਾ ਸਿੰਘ ਬੇਔਰਤੀਏ ਨੂੰ ਆਪਣੀ ਲੜਕੀ ਦੇਗਾ, ਸਾਡਾ ਇਤਿਹਾਸ ਹੈ, ਸਾਡੀ ਮਰਿਆਦਾ ਹੈ ਕਿ ਸਿੰਘ ਸਿੰਘ ਕੋ ਸੁਧਾ ਦੇ, ਸੁਧਾ ਸੁਧਾ ਮਿਲ ਜਾਏ, ਕੰਨਿਆ ਦੇਈ ਭਾਦਨੀ ਕੋ, ਇਹ ਮੁਖ ਅਮੀ ਚੁਆਏ। ਇਹ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੁਆਈਏ। ਤੇ ਸਿੰਘ ਹੋ ਕੇ ਭਾਏ ਬੇਅਮਰਤੀਆਂ ਨੂੰ ਰਿਸ਼ਤਾ ਕਰੋਗੇ? ਇਹ ਜਿਹੜੀ ਬੀਬੀ ਅੱਜ ਦਰਬਾਰ ਵਿੱਚ ਆਈ ਹੈ, ਇਹਦਾ ਕੋਈ ਅਹਿਸਾਨ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਸੀਸ ਪ੍ਰਵਾਨ ਨਾ ਕਰਦੇ ਤੇ ਇਸ ਬੀਬੀ ਨੇ ਸਾੜੀ ਵਿੱਚ ਨਹੀਂ ਸੀ ਆਉਣਾ, ਬੁਰਕੇ ਵਿੱਚ ਆਉਣਾ ਸੀ। ਫਿਰ ਦੇ ਜਗਾਰੇ ਦੇ ਜਗਾਰਾ ਅਸੀਂ ਸੋਚਦੇ ਸੀ ਨਾ ਕਈ ਵਾਰ ਕਿ ਜਿਸ ਵੇਲੇ ਬੀਬੀ ਆਏ ਦਰਬਾਰ ਚ ਉਦੋਂ ਖਲੋ ਕੇ ਸਤਿਕਾਰ, ਜਦ ਸੱਤ ਗੱਜਿਆ ਸੱਤ ਬੋਲਿਆ ਫਿਰ ਜਗਾਰੇ ਛੱਡੇ। ਉਸ ਵੇਲੇ ਇੰਦਰਾ ਗਾਂਧੀ ਨੇ ਕਿਹਾ ਸੀ ਇਹ ਸਾਫ ਕਰਨਾ ਚਾਹੀਦਾ, ਉਹਦੇ ਲਾਲਦਿਆਂ ਨੇ ਕਿਹਾ ਸੀ ਔਖਾ ਬੜਾ ਕੰਮ। ਉਦੋਂ ਇਹ ਇੰਦਰਾ ਗਾਂਧੀ ਜਿਹੜੀ ਸੀ ਇਹ ਦਮਦਮੀ ਟਕਸਾਲ ਦੇ ਪਿੱਛੇ ਪੈ ਗਈ ਸੀ। ਸੋ ਆਰੰਭ ਜਿਹੜਾ ਸੀ ਨਾ ਇਹ ਉਦੋਂ ਹੀ ਹੋ ਗਿਆ ਸੀ ਦਿੱਲੀ ਚ। ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨਾਲ ਇਹਨਾਂ ਦਾ ਵਾਹ ਪਿਆ, ਆਪ ਜੀ ਸਾਰੇ ਜਾਣਦੇ ਹੋ। ਸਮਾਪਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।